ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਬਿੱਟੂ ਨਿਜਾਮਪੁਰ ਸਵਾਗਤ ਕਰਦੇ ਹਾਂ ਅੱਜ ਦੀ ਨਿਊ ਵੀਡੀਓ ਵਿੱਚ। ਅੱਜ ਆਪਾਂ ਤੁਹਾਨੂੰ ਵਿਖਾਵਾਂਗੇ ਲੈਂਡ ਫੋਰਸ ਵਾਲਿਆਂ ਦਾ ਸੁਪਰ ਸੀਡਰ ਤੇ ਨਾਲ 2002 ਮਾਡਲ ਪ੍ਰੀਤ 6 58 ਕਿੰਨਾ ਉਹਦਾ ਤੇਲ ਦਾ ਖਰਚਾ ਤੇ ਕਿੱਦਾਂ ਦੀ ਸੁਪਰ ਸੀਡਰ ਨੇ ਬਾਈ ਜੀ, ਉਹਨਾਂ ਨੂੰ 3 ਸਾਲ ਹੋ ਗਏ ਬਿਜਾਈ ਕਰਦਿਆਂ ਨੂੰ, ਤੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਹੋਰ ਕੋਈ ਬੀਜ ਵਗੈਰਾ ਅਟਕਣ ਦੀ ਪ੍ਰੋਬਲਮ ਤਾਂ ਨਹੀਂ ਆਉਂਦੀ ਤੇ ਕਿਹੜਾ ਬੀਜ ਬੀਜਦੇ ਨੇ ਤੇ ਆਪਾਂ ਮਿਲਾਵਾਂਗੇ ਤੁਹਾਨੂੰ ਬਾਈ ਜੀ ਨਾਲ। ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਦੱਬ ਕੇ ਸ਼ੇਅਰ ਸਬਸਕ੍ਰਾਈਬ ਲਾਈਕ ਕਮੈਂਟ ਕਰ ਦਿਓ ਤਾਂ ਕਿ ਆਪਣਾ ਨਿਊ ਚੈਨਲ ਆ ਤੁਹਾਡੇ ਇੱਕ ਸ਼ੇਅਰ ਸਬਸਕ੍ਰਾਈਬ ਲਾਈਕ ਕਮੈਂਟ ਕਰਨ ਵਾਲੀ ਆਪਾਂ ਨੂੰ ਮੋਟੀਵੇਸ਼ਨ ਦਾ ਡੋਜ਼ ਮਿਲਦਾ ਤਾਂ ਕਿ ਹੋਰ ਵੀ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ। ਆਹ ਦੇਖ ਲਓ ਕਿਸਾਨ ਭਰਾਬੋ, ਸਫਾਈ ਵਾਲੇ ਪਾਸਿਓਂ ਤਾਂ ਸੁਪਰ ਸੀਡਰ ਦੇ ਬੱਟੇ ਕੱਢੇ ਪਏ ਆ, ਮੰਨ ਲਾ ਤੁੱਕੀਆਂ ਮਿਲੀਆਂ ਪਈਆਂ ਨੇ ਕਿ ਨਹੀਂ ਦੇਖ ਲਓ ਸਫਾਈ। ਇੱਥੇ ਫੂਸ ਵੀ ਬਹੁਤ ਜ਼ਿਆਦਾ ਸੀ ਜਿੱਥੇ ਆਪਾਂ ਵੀਡੀਓ ਬਣਾ ਰਹੇ ਹਾਂ, ਇੱਥੇ ਕੋਈ ਅੱਗ ਨਹੀਂ ਲੱਗੀ ਹੋਈ ਸੀ, ਇਹ ਸਾਈਡ ਉੱਦਾਂ ਹੀ ਸੀ, ਆਹ ਨਾਲ ਵਾਲੀ ਉੱਦਾਂ ਹੀ ਪਈ ਸੀ ਇਹ। ਤੇ ਆਓ ਮਿਲਾਉਂਦੇ ਹਾਂ ਤੁਹਾਨੂੰ ਬਾਈ ਜੀ ਉਹਨਾਂ ਨਾਲ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਪਹਿਲਾਂ ਆਪਣਾ ਨਾਂ ਤੇ ਪਿੰਡ ਦੱਸ ਦਿਓ ਇੱਕ ਵਾਰ ਕਿਸਾਨ ਵੀਰਾਂ ਨੂੰ। ਪਿੰਡ ਮਾਂਗਿਆਲਾ ਬਿੰਨੀ ਮੇਰਾ ਨਾਂ ਆ ਜੀ। ਠੀਕ ਆ ਜੀ। ਤੇ ਬਾਈ ਜੀ ਆਪਾਂ ਨੂੰ ਕਿੰਨੇ ਸਾਲ ਹੋ ਗਏ ਸੁਪਰ ਸੀਡਰ ਨਾਲ ਬਿਜਾਈ ਕਰਦਿਆਂ ਨੂੰ? ਵੀਰੇ ਤੀਜਾ ਸੀਜ਼ਨ ਆ ਜੀ। ਤੀਜਾ ਸੀਜ਼ਨ ਲਾ ਰਹੇ ਹੋ ਇਹੀ ਸੁਪਰ ਸੀਡਰ ਨਾਲ? ਹਾਂਜੀ। ਕਿਸਾਨ ਭਰਾਵੋ ਆਪਾਂ ਪਹਿਲਾਂ ਤੁਹਾਨੂੰ ਖੜੇ ਦੀ ਪਾਈ ਸੀ ਲੈਂਡ ਫੋਰਸ ਵਾਲਿਆਂ ਦੀ ਸੁਪਰ ਸੀਡਰ ਦੀ ਵੀਡੀਓ, ਤੇ ਅੱਜ ਆਪਾਂ ਚੱਲਦਾ ਦਿਖਾਉਂਦੇ ਹਾਂ ਤੁਹਾਨੂੰ, ਤੇ ਆਪਾਂ ਵਿੱਚ ਕਲਿੱਪ ਐਡ ਕਰ ਦੇਵਾਂਗੇ ਚੱਲਦੇ ਤੇ। ਤੇ ਇਹ 3 ਸਾਲਾਂ ਤੋਂ ਹੀ ਮੰਨ ਲਓ ਡਿਸਕ ਵਾਲਾ ਆ ਰਿਹਾ, ਕਈਆਂ ਦੀ ਤਾਂ ਕੰਪਨੀਆਂ ਦੇ ਇਸ ਵਾਰ ਆਏ ਨੇ। ਤੇ ਬਾਈ ਜੀ ਆਪਣਾ ਟਰੈਕਟਰ ਕਿਹੜਾ? ਵੀਰੇ ਪ੍ਰੀਤ ਟਰੈਕਟਰ ਹੈ। 6 58 ਹਾਂ 58। ਠੀਕ ਆ ਜੀ। ਤੁਸੀਂ ਦੱਸਿਆ ਸੀ ਵੀ 2002 ਮਾਡਲ ਆਏ ਜੀ? ਹਾਂਜੀ। ਤੇ ਬਾਈ ਜੀ ਆਪਾਂ ਨੇ ਇਹ ਮੰਨ ਲਓ ਚੱਲਦਾ ਲਿਆ ਸੀ ਕਿ ਨਵਾਂ ਹੀ ਲਿਆ ਸੀ? ਚੱਲਦਾ ਲਿਆ ਜੀ ਵੀਰੇ ਪਟਿਆਲੇ। ਠੀਕ ਆ ਜੀ, ਠੀਕ ਆ। ਤੇ ਕਿੰਨੇ ਕੁ ਦਾ ਪੈ ਗਿਆ ਸੀ ਦੱਸ ਦਿਓ ਕਿਸਾਨ ਭਰਾ? ਵੀਰੇ 2 ਲੱਖ ਦੇ ਪੈ ਗਿਆ ਸਾਨੂੰ ਕੰਮ। 2 ਲੱਖ ਜੀ। ਕੰਮ ਕੰਮ ਵੀ ਕਰਾਇਆ ਕੰਬਲ ਦੇ ਵਿੱਚ ਪਹਿਲਾਂ? ਸਾਰਾ ਕਰਾ ਕੇ ਕਰਾਇਆ ਜੀ, ਇੰਜਨ ਆਪ ਕਰਾਇਆ। ਅੱਛਾ, ਸਾਰਾ ਕੁਝ ਕਰਾ ਕੇ 2 ਲੱਖ ਦੇ ਵਿੱਚ ਪਿਆ? ਹਾਂ ਜੀ ਹਾਂ। ਤੇ ਕਿਸਾਨ ਭਰਾਵੋ ਦੇਖ ਲਓ ਮੰਨ ਲਓ ਕਿੱਥੇ 7 8 ਲੱਖ ਦਾ ਟਰੈਕਟਰ ਨਵਾਂ ਪ੍ਰੀਤ, ਤੇ ਕਿੱਥੇ ਬਾਈ ਜੀ ਉਹਨੇ 2 ਲੱਖ ਨਾਲੇ ਕੰਮ ਸਾਰੀ ਜਾਂਦੇ ਨੇ। ਬਾਈ ਜੀ ਉਹਨਾਂ ਦਾ ਮਿੱਟੀ ਦਾ ਕੰਮ ਵੀ ਆ? ਤੇ ਬਾਈ ਜੀ ਮਿੱਟੀ ਤੇ ਵੀ ਚਲਾਉਂਦੇ ਆ? ਹਾਂ ਜੀ ਹਾਂ ਹਾਂ, ਸਾਰੇ ਕਿਤੇ ਸਾਰੇ ਕਿਤੇ ਚਲਾਉਂਦੇ ਆ? ਹਾਂ ਜੀ ਹਾਂ। ਠੀਕ ਆ ਜੀ, ਠੀਕ ਆ। ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਕਦੇ ਖੜਕ ਪਈ ਹੋਵੇ ਟਰੈਕਟਰ? ਨਹੀਂ ਵੀਰੇ ਕੋਈ ਨਹੀਂ ਆਈ ਹੈਗੀ, ਜਿਵੇਂ ਹੁਣ ਕੋਈ ਬੈਰਕ ਬੂਰਕ ਟੁੱਟ ਗਿਆ ਘਰ ਆਪਣਾ, ਚਲੋ ਮਾੜੀਆਂ ਮੋਟੀਆਂ ਤਾਂ ਚੱਲਦੇ ਕੰਮ ਚ ਆਉਂਦੀਆਂ ਹੁੰਦੀਆਂ ਨੇ। ਹਾਂ ਜੀ ਹਾਂ। ਯਾਨੀ ਜ਼ੋਰ ਪੱਖੋਂ ਕਹਿਵਾ ਪੂਰਾ ਪੂਰਾ ਜੀ, ਤੇਲ ਖਰਚਾ ਵੀ ਸਹੀ ਆ ਜੀ। ਤੇ ਆਪਣਾ ਸੁਪਰ ਸੀਡਰ ਤੇ ਤੇਲ ਕਿੰਨਾ ਖਾ ਜਾਂਦਾ? ਵੀਰੇ 6 ਲੀਟਰ ਖਾਂਦਾ ਘੰਟੇ ਦਾ। 6 ਲੀਟਰ ਕਿ 10? 6 ਖਾਂਦਾ। ਹਾਂਜੀ। 5 ਬਿਗੇ ਚ 10 ਲੀਟਰ ਤੇਲ ਖਾ ਜਾਂਦਾ, 1.5 ਘੰਟੇ ਤੋਂ ਬੜਾ ਉੱਤੇ ਹੀ ਲੱਗਦਾ ਟੈਪ। ਅੱਛਾ ਅੱਛਾ, ਯਾਨੀ ਕਿੱਲੇ ਦਾ 10 ਲੀਟਰ ਖਾਂਦਾ, ਘੰਟੇ ਦਾ 6 ਲੀਟਰ ਖਾਂਦਾ? ਹਾਂ ਜੀ। ਤੇ ਫਿਰ ਤਾਂ ਬਹੁਤ ਵਧੀਆ ਜੀ, ਕਈ ਟਰੈਕਟਰ ਤਾਂ ਬਹੁਤ ਜ਼ਿਆਦਾ ਖਾਂਦੇ ਨੇ, ਨਵੇਂ ਵੀ ਅਸੀਂ ਵੀਡੀਓ ਬਣਾਈਆਂ ਨੇ। ਕਿਸਾਨ ਭਰਾਵੋ ਦੇਖ ਲਓ, ਬਾਈ ਜੀ ਨਹੀਂ ਕਹਿੰਦੇ ਵੀ ਕਿੱਲੇ ਦਾ 10 ਲੀਟਰ ਖਾਂਦਾ ਤੇ ਘੰਟੇ ਦਾ 6 ਲੀਟਰ, 1.5 ਘੰਟੇ ਚ ਕਿੱਲੇ ਦੀ ਬਿਜਾਈ ਕਰ ਦਿੰਦਾ। ਹਾਂ ਜੀ ਹਾਂ। ਤੇ ਬਾਈ ਜੀ 3 ਸਪੀਡ ਗੇਅਰ ਦਾ ਟਰੈਕਟਰ ਕੋ? ਨਹੀਂ, ਲੋ ਹਾਈ ਹੈ। ਲੋ ਹਾਈ ਹੋਈ ਹੈ। ਹਾਂ ਜੀ। ਕਿਹੜੇ ਗੇਅਰ ਵਿੱਚ ਬਿਜਾਈ ਕਰਦੇ ਹੋ ਬਾਈ ਜੀ ਫਿਰ? ਪਹਿਲੇ ਲੋ ਚ ਵੀਰੇ। ਪਹਿਲੇ ਲੋ ਚ? ਹਾਂ ਜੀ। ਤੇ ਆਓ ਬਾਈ ਜੀ ਤੁਹਾਨੂੰ ਕਿਸਾਨ ਭਰਾਵੋ ਟਰੈਕਟਰ ਵੀ ਕੋਲੋਂ ਜਾ ਕੇ ਦਿਖਾਉਂਦੇ ਆ। ਬਾਈ ਜੀ ਉਹਨਾਂ ਸਟਾਰਟ ਹੀ ਰੱਖਿਆ ਟਰੈਕਟਰ, ਆਹ ਦੇਖ ਲਓ ਤੁਸੀਂ, ਆਹ ਸਵਰਾਜ ਬੈਗ ਦਾ ਕੱਪ ਤਾਂ ਉਦੋਂ ਲਵਾਇਆ ਹੋਇਆ ਜੀ। ਹਾਂ ਵੀਰੇ, ਕਵਾੜੀਆ ਤੋਂ ਲੈ ਕੇ ਲਵਾਤਾ ਜੀ ਫੂਕ ਜਾਣ ਤੋਂ। ਠੀਕ ਆ ਜੀ, ਠੀਕ ਆ। ਆਹ ਦੇਖ ਲਓ, ਯਾਨੀ ਬਾਈ ਉਹਨੀ 2 ਲੱਖ ਵਾਲੇ ਨਾਲ ਤੁੱਕੀਆਂ ਮਿਲੀ ਜਾਂਦੇ ਨੇ ਕਿ ਨਹੀਂ? ਹਾਂ ਜੀ ਹਾਂ। ਐਵੇਂ ਲੋਕ 10 10 ਲੱਖਾਂ ਨੇ। ਹਾਂ ਜੀ। ਮੈਂ ਕਹਿੰਦਾ ਆਨੰਦ ਲੈ ਆਉਂਦਾ ਪਿਆ ਕਿ ਨਹੀਂ ਸਵਾਦ ਪੂਰਾ? ਵੀਰੇ ਹੁਣ ਸੀਜ਼ਨ ਤਾਂ ਦਿਨੋਂ ਦਿਨ ਘਟੀ ਜਾਂਦੇ ਨੇ, ਇੰਨਾ ਪੈਸਾ ਲਾ ਕੇ ਕੀ ਫਾਇਦਾ? ਹਾਂਜੀ ਹਾਂਜੀ, ਇਹ ਵੀ ਗੱਲ ਤੁਹਾਡੀ ਸਹੀ ਆ ਜੀ। ਹਾਂ, ਇਹ ਟਰੈਕਟਰ ਨੇ ਖਾਣੇ ਹੀ ਆ। ਹਾਂਜੀ ਹਾਂ। ਤੇ ਬਾਈ ਜੀ ਕਿਸ਼ਤ ਨਹੀਂ ਪੂਰੀ ਹੁੰਦੀ ਵੀਰੇ ਫਿਰ? ਇਹ ਤਾਂ ਗੱਲ ਤੁਹਾਡੀਆਂ ਸਹੀ ਨੇ ਜੀ। ਹਾਂ, ਕਿੱਥੇ 10 ਲੱਖ ਦੀ ਕਿੱਥੇ 7 ਲੱਖ ਦੀ ਕਿਸ਼ਤ ਪੂਰੀ ਹੁੰਦੀ ਆ। ਹਾਂਜੀ। ਤੇ ਬਾਈ ਜੀ ਇਹ ਪੀਟੀਓ ਪੱਖੋਂ ਕਹਿਣਾ ਪੂਰਾ? ਵੀਰੇ ਸਾਡੇ ਕੋਲ ਤਾਂ ਪੂਰਾ ਸਹੀ ਆ।
बाकी सोफर सीडर चल रहे दो ट्रैक्टर अपने रूटावेटर भी चलते किसान भरावो जेडे बाई नजदीक पिंड ने मान लो आप बाई जी नंबर डिस्क्रिप्शन पा देवे नाम पूरा एड्रेस जे किसे मेरे किसान भरा ने बिजाई करानी होवे जां खुद खत्ता पत्र कराना होवे भाई जी उन्हां नूं कॉल कर सकदे आ भाई जी तुहाडा नंबर आपां डिस्क्रिप्शन विच पा दांगे ठीक है वीरे ते भाई आ लो मड़ा सुपर सीडर कन्नी भी चलदे आ हां देख लो किसान भरावो लैंड फोर्स वालिआं दा सुपर सीडर आ देख लो भाई जी जिहड़े इहदे हाथ दंदे वाले टीथ ने मान लो गरारियां डिस्कां ने इन्हां दा कोई बेनीफिट हैगा ज्यादा वीरे हैगा जिवें पराली दा गीड़ा गूड़ा आ गया कट के लंघ जांदियां ने मान लो भी किसदिया नहीं है फसदिया नहीं कट फस जांदियां ने ये तो है भाई जी दंदा फस जांदा कि नहीं पूरा हाँ जी ते भाई जी कोई बीज वगैरह फसल की दिक्कत आउंदी होवे नहीं वीरे सानू तां कोई नहीं आई जी हाल ठीक है जी ठीक है वधिया चल रहा है जी हाँ जी तीन साल तो बिजाई कर रहे हैं भाई हाँ जी हाँ ते कोई बगैर बैरंग वगैरह टुटन जां होर वीरे हुण तीजे साल पाए ने बैरंग हाँ चलो भाई चैन चलदी है ठीक है जी ठीक है चलो तो पाउणे भी पैंदे ने हाँ ते किसान भरा तुहानूं इक होर चीज दसदी है भी इहदे विच साइड ते गेयर पहले ही आ रहा थी देख लो लगया होया कोई चैन टुटने की समस्या नहीं थी ये परली साइड तो कवर नहीं आप तुहानू दिखा भी देंदे आ कवर लगे पूरा कवर आप भाई जी जिवें आह बीज वगैरह ना हिलदा तां नहीं हैगा ना नड़का है जांदा पक्का जी वो तो एक ओदा ही माड़ा मोटा जानी कंपनी वाले पा देंदे भी चेंज करके किसान नूं दिखाउणा भी हुंदा लोकां नूं यानी पूरा फिट ऐन है जी हां जी हां ठीक है जी ठीक है अपने गेयर पखों वीरे जब जिथे तीजा सीजन होगा कोई खुले ही नहीं ठीक है जी ठीक है ते देखा जावे भाई माड़ी मान लो अपने पराली दे उत्ते थोड़ी जी अपना फूस फूके इस बार कि नहीं हां जी ते हुण किसान भी की करन करे जी हां जी हां ना तो वो एमएस नहीं जी वधिया हैगे मशीनां दे सही गल है जी वो तो उकणे ने असीं देखिया कई वीडियो ने उपरे छट्टिया पिया हुंदा तो कोई फायदा तो है नहीं ना जी बिजाई कर सवाह देखो कि बीजने लगे पूंज ले जी सही गल है जी सही गल ਹੋਰ ਕੋਈ ਬਾਈ ਜੀ ਕਿਸਾਨਾਂ ਨੂੰ ਆਪਣੇ ਸੰਦੇਸ਼ ਦੇਣਾ ਚਾਹੁੰਦੇ ਹੁਣ ਵੀਰੇ ਜੀ ਸਾਲ ਦੀ ਘੜੀ ਦਾ ਵਧੀਆ ਹੈ ਹਾਂਜੀ ਝਾੜ ਝੂੜ ਵੀ ਲੋਟ ਰਿਹਾ ਠੀਕ ਹੈ ਜੀ ਬਾਕੀ ਪਿਛਲੇ ਸਾਲ ਤਾਂ ਸਮਾਂ ਹੀ ਨਹੀਂ ਸੀ ਹਾਂ ਹਾਂ ਤੇ ਪਿਛਲੀ ਵਾਰ ਕਿਹੜੀ ਕਣਕ ਬੀਜੀ ਦੀ ਬਾਈ ਜੀ ਵੀਰੇ ਸਾਡੇ ਕੋਲ 187 ਦੀ ਠੀਕ ਹੈ ਜੀ 86 ਵੀ ਬੀਜੀ ਦੀ ਠੀਕ ਹੈ ਜੀ ਹਾਂ ਤੇ ਮੰਨ ਲਓ ਇਸ ਵਾਰ ਕਿਹਦੀ ਤੁਸੀਂ ਕਿਰਾਏ ਤੇ ਵੀ ਕਰਦੇ ਹੋ ਲੋਕ ਕਿਹੜੀ ਬਿਜਾਈ ਕਰਦੇ ਨੇ ਕਿਹੜੀ ਕਣਕ ਦੀ ਜ਼ਿਆਦਾ ਵੀਰੇ 87 ਦੀ ਵੀ ਵੱਧ ਸਿਫਾਰਸ਼ ਕਰੀ ਜਾਂਦੇ ਨੇ ਹਾਂਜੀ पिछली बार भी बीजी पिछली गेर नहीं बीजी ठीक है बीजते हैं एक अपने जूनी वरायटी नवा बीज निकले जी 826 बीजना गीला जूनी वरायटी जो बीज लेके 200 रुपये किलो जी 826 हां 100 रुपये 200 रुपये किलो जी अच्छा अच्छा ठीक है जी नवे बीज तो फिर महंगे होंगे हाँ जी हाँ ते आ देख लो किसान भरावो ਬਾਈ ਜੀ ਉਹਨਾਂ ਟਰੈਕਟਰ ਦੇ ਨਾਲ ਆਪਾਂ ਕਲਿਪ ਐਡ ਕਰ ਦੇਵਾਂਗੇ ਵਿੱਚ ਪੂਰਾ ਆਹ ਦੇਖ ਲਓ ਸਪਾਈਕ ਨਹੀਂ ਤਾਂ ਵੱਟ ਕੱਢੇ ਪਏ ਆ ਪੂਰੇ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਸਾਨੂੰ ਜਾਣਕਾਰੀ ਦੇਣ ਲਈ ਠੀਕ ਆ ਵੀਰੇ ਧੰਨਵਾਦ ਬਾਈ ਜੀ ਧੰਨਵਾਦ ਹਾਂਜੀ ਕਿਸਾਨ ਭਰਾਵੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਦੱਬ ਕੇ ਸ਼ੇਅਰ ਸਬਸਕ੍ਰਾਈਬ ਲਾਈਕ ਕਮੈਂਟ ਕਰ ਦਿਆ ਕਰੋ ਆਪਣਾ ਨਿਊ ਚੈਨਲ ਆ ਤੁਹਾਡੇ ਇੱਕ ਸ਼ੇਅਰ ਸਬਸਕ੍ਰਾਈਬ ਲਾਈਕ ਕਮੈਂਟ ਕਰਨ ਨਾਲ ਹੀ ਆਪਾਂ ਨੂੰ ਮੋਟੀਵੇਸ਼ਨ ਦਾ ਰੋਜ਼ ਮਿਲਦਾ ਤਾਂ ਕਿ ਹੋਰ ਵੀ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਹੁਣ ਦਿਓ ਆਪਾਂ ਨੂੰ ਇਜਾਜ਼ਤ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਧੰਨਵਾਦ।